ਸਪੀਕਰ ਸਾਹਿਬ, ਮੈਂ 11 ਕੁਐਸਚਨ ਪਿਛਲੀ ਵਾਰੀ ਲਾਏ ਸੀ, 11 ਹੁਣ ਲਾਏ ਆ। ਇਹ ਜ਼ੀਰੋ ਆਵਰ ਦਾ ਇਸ਼ੂ ਆ? ਇਸ਼ੂ ਨਹੀਂ ਹੈ, ਇਸ਼ੂ ਇਸ ਕਰਕੇ ਆ, ਇਹ ਲੋਕਾਂ ਦਾ ਇਸ਼ੂ ਆ, ਤੁਹਾਨੂੰ ਤਕਲੀਫ ਦੇ ਬਹੁਤ ਆ ਇਹ, ਇਸ ਕਰਕੇ ਤੁਸੀਂ ਨੋਟ ਏ ਸਿੰਗਲ, ਮੇਰਾ ਕੁਐਸਚਨ ਇੱਕ ਸਿੰਗਲ ਕੁਐਸਚਨ ਨਹੀਂ ਲਾਇਆ, ਜ਼ੀਰੋ ਆਵਰ ਤੇ ਕੋਈ ਗੱਲ ਕਰਨੀ। ਔਰ ਇੱਕ ਮੈਂ ਇੱਕ ਸੀਰੀਅਸ ਇਸ਼ੂ ਹੈ ਕਿ ਰਸ਼ੀਆ ਦੇ ਵਿੱਚ ਜਿਹੜੇ ਪੰਜਾਬੀ ਪੰਜ ਜਾਂ ਘੁੰਮਣ ਗਏ ਸੀ ਜਾਂ ਅਦਰਵਾਈਜ਼ ਗਏ ਸੀ, ਰਸ਼ੀਆ ਦੀ ਜਿਹੜੀ ਸਰਕਾਰ ਨੇ ਉਹਨਾਂ ਨੂੰ ਜ਼ਬਰਦਸਤੀ ਭਰਤੀ ਕਰਕੇ ਅਤੇ ਯੂਕਰੇਨ ਵਾਲੀ ਲੜਾਈ ਦੇ ਵਿੱਚ ਉਹਨਾਂ ਨੂੰ ਇਨਵੋਲਵ ਕਰ ਲਿਆ, ਇਹਦੀ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਵੀ ਗਵਰਨਮੈਂਟ ਆਫ ਇੰਡੀਆ ਨਾਲ ਟੇਕ ਅਪ ਕਰਕੇ ਤਾਂ ਕਿ ਇਹਨਾਂ ਨੂੰ ਦੁਬਾਰਾ ਇੱਥੇ ਵਾਪਸ ਲਿਆਂਦਾ ਜਾਵੇ, ਕਿਉਂਕਿ ਨਾ ਉਹਨਾਂ ਦੇ ਘਰਦਿਆਂ ਨੂੰ ਕੁਛ ਉਹਨਾਂ ਬਾਰੇ ਪਤਾ ਅਤੇ ਨਾ ਉਹ ਕਿਸੇ ਪਾਸੇ ਵੀ ਕਮਿਊਨੀਕੇਟ ਕਰ ਰਹੇ ਹੈਗੇ ਆ। ਸੋ ਮੇਰੀ ਇੰਨੀ ਕੁ ਬੇਨਤੀ ਆ ਵੀ ਇਹਨੂੰ ਗਵਰਨਮੈਂਟ ਆਫ ਇੰਡੀਆ ਨਾਲ ਟੇਕ ਅਪ ਕਰਕੇ ਅਤੇ ਆਪਾਂ ਉਹਨਾਂ ਨੂੰ ਵਾਪਸ ਲੈ ਆਈਏ। ਥੈਂਕ ਯੂ, ਥੈਂਕ ਯੂ। ਗੁਰਲਾਲ ਜੀ, ਮੰਤਰੀ ਜੀ ਕੋਈ ਗੱਲ, ਮੰਤਰੀ ਜੀ ਜਵਾਬ ਦੇਣਾ ਚਾਹੁੰਦੇ ਮਾਈਕ ਔਨ ਹੋ ਗਿਆ ਜੀ, ਤੁਸੀਂ ਦੱਸ ਦਿਓ ਆਪਦੀ। ਧਾਲੀਵਾਲ ਸਾਹਿਬ ਮਾਈਕ 'ਚ। ਅੱਛਾ, ਮਤਲਬ ਮੈਂ ਮਾਨਯੋਗ ਡਿਪਾਰਟਮੈਂਟ ਨੇ ਆਲਰੇਡੀ ਸੈਂਟਰਲ ਗੌਰਮੈਂਟ ਦੇ ਨਾਲ ਤੇ ਉੱਥੋਂ ਦੀ ਅੰਬੈਸੀ ਦੇ ਨਾਲ, ਜਿਹੜੀ ਰਸ਼ੀਆ ਦੇ ਵਿੱਚ ਅੰਬੈਸੀ ਆ, ਉਹਦੇ ਨਾਲ ਆਪਣੀ ਕਾਰਵਾਈ ਕਰ ਰਹੇ ਆ। ਹੋਪਫੁਲੀ ਜਲਦੀ ਚੰਗਾ ਰਿਜ਼ਲਟ ਆਊਗਾ। ਉਹ ਬੰਦੇ ਅਮਰੀਕਾ ਜਾਣੇ ਸੀਗੇ, ਰਸਤੇ 'ਚ ਏਜੰਟ ਨੇ ਵਾਪਸ ਕਰਤੇ, ਉਹ ਜ਼ਬਰਦਸਤੀ ਉਹਨਾਂ ਨੂੰ ਭਰਤੀ ਕਰ ਲਿਆ ਅਤੇ ਹੁਣ ਉਹਨਾਂ ਨੂੰ ਲੜਾਈ ਵਾਲੇ ਦੇਸ਼ਾਂ 'ਚ ਤੋਰ ਰਹੇ। ਇਹਦੇ ਲਈ ਅਸੀਂ ਸੰਪਰਕ ਕਿਹਾ ਜੀ, ਮਤਲਬ ਕੇਂਦਰ ਸਰਕਾਰ ਦੇ ਨਾਲ। ਬਹੁਤ ਅੱਛੇ ਸਪੀਕਰ ਸਾਹਿਬ, ਮੈਂ 11 ਕੁਐਸਚਨ ਪਿਛਲੀ ਵਾਰੀ ਲਾਏ ਸੀ, 11 ਹੁਣ ਲਾਏ ਆ। ਇਹ ਜ਼ੀਰੋ ਆਵਰ ਦਾ ਇਸ਼ੂ ਆ? ਇਸ਼ੂ ਨਹੀਂ ਹੈ, ਇਸ਼ੂ ਇਸ ਕਰਕੇ ਆ, ਇਹ ਲੋਕਾਂ ਦਾ ਇਸ਼ੂ ਆ, ਤੁਹਾਨੂੰ ਤਕਲੀਫ ਦੇ ਬਹੁਤ ਆ ਇਹ, ਇਸ ਕਰਕੇ ਤੁਸੀਂ ਨੋਟ ਏ ਸਿੰਗਲ, ਮੇਰਾ ਕੁਐਸਚਨ ਇੱਕ ਸਿੰਗਲ ਕੁਐਸਚਨ ਨਹੀਂ ਲਾਇਆ, ਜ਼ੀਰੋ ਆਵਰ ਤੇ ਕੋਈ ਗੱਲ ਕਰਨੀ। ਔਰ ਇੱਕ ਮੈਂ ਇੱਕ ਸੀਰੀਅਸ ਇਸ਼ੂ ਹੈ ਕਿ ਰਸ਼ੀਆ ਦੇ ਵਿੱਚ ਜਿਹੜੇ ਪੰਜਾਬੀ ਪੰਜ ਜਾਂ ਘੁੰਮਣ ਗਏ ਸੀ ਜਾਂ ਅਦਰਵਾਈਜ਼ ਗਏ ਸੀ, ਰਸ਼ੀਆ ਦੀ ਜਿਹੜੀ ਸਰਕਾਰ ਨੇ ਉਹਨਾਂ ਨੂੰ ਜ਼ਬਰਦਸਤੀ ਭਰਤੀ ਕਰਕੇ ਅਤੇ ਯੂਕਰੇਨ ਵਾਲੀ ਲੜਾਈ ਦੇ ਵਿੱਚ ਉਹਨਾਂ ਨੂੰ ਇਨਵੋਲਵ ਕਰ ਲਿਆ, ਇਹਦੀ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਵੀ ਗਵਰਨਮੈਂਟ ਆਫ ਇੰਡੀਆ ਨਾਲ ਟੇਕ ਅਪ ਕਰਕੇ ਤਾਂ ਕਿ ਇਹਨਾਂ ਨੂੰ ਦੁਬਾਰਾ ਇੱਥੇ ਵਾਪਸ ਲਿਆਂਦਾ ਜਾਵੇ, ਕਿਉਂਕਿ ਨਾ ਉਹਨਾਂ ਦੇ ਘਰਦਿਆਂ ਨੂੰ ਕੁਛ ਉਹਨਾਂ ਬਾਰੇ ਪਤਾ ਅਤੇ ਨਾ ਉਹ ਕਿਸੇ ਪਾਸੇ ਵੀ ਕਮਿਊਨੀਕੇਟ ਕਰ ਰਹੇ ਹੈਗੇ ਆ। ਸੋ ਮੇਰੀ ਇੰਨੀ ਕੁ ਬੇਨਤੀ ਆ ਵੀ ਇਹਨੂੰ ਗਵਰਨਮੈਂਟ ਆਫ ਇੰਡੀਆ ਨਾਲ ਟੇਕ ਅਪ ਕਰਕੇ ਅਤੇ ਆਪਾਂ ਉਹਨਾਂ ਨੂੰ ਵਾਪਸ ਲੈ ਆਈਏ। ਥੈਂਕ ਯੂ, ਥੈਂਕ ਯੂ। ਗੁਰਲਾਲ ਜੀ, ਮੰਤਰੀ ਜੀ ਕੋਈ ਗੱਲ, ਮੰਤਰੀ ਜੀ ਜਵਾਬ ਦੇਣਾ ਚਾਹੁੰਦੇ ਮਾਈਕ ਔਨ ਹੋ ਗਿਆ ਜੀ, ਤੁਸੀਂ ਦੱਸ ਦਿਓ ਆਪਦੀ। ਧਾਲੀਵਾਲ ਸਾਹਿਬ ਮਾਈਕ 'ਚ। ਅੱਛਾ, ਮਤਲਬ ਮੈਂ ਮਾਨਯੋਗ ਦੱਸਣਾ ਚਾਹੁੰਦਾ ਸੀਗਾ, ਭਾਊ ਜੀ ਮਾਈਕ ਤੇ ਬੋਲਿਆ ਕਰੋ ਜੀ। ਲਓ ਜੀ, ਭਾਊ ਜੀ ਮਾਈਕ ਤੇ ਬੋਲਦੇ ਨੇ ਜੀ, ਆਪਾਂ ਨੂੰ ਮਾਈਕ ਵੈਸੇ ਗੱਲ 'ਚ ਬੜਾ ਵੱਡਾ ਲੱਗਾ, ਪਰ ਜਦੋਂ ਬੋਲਦੇ ਨੇ ਮਾਈਕ ਤੇ ਮਹਾਰਾਜ। ਮੈਂ ਤੇ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਸੀ ਕਿ ਸਾਡੇ ਡਿਪਾਰਟਮੈਂਟ ਨੇ ਆਲਰੇਡੀ ਸੈਂਟਰਲ ਗੌਰਮੈਂਟ ਦੇ ਨਾਲ ਅਤੇ ਉੱਥੋਂ ਦੀ ਅੰਬੈਸੀ ਦੇ ਨਾਲ, ਜਿਹੜੀ ਰਸ਼ੀਆ ਦੇ ਵਿੱਚ ਅੰਬੈਸੀ ਆ, ਉਹਦੇ ਨਾਲ ਆਪਣੀ ਕਾਰਵਾਈ ਕਰ ਰਹੇ ਆ। ਹੋਪਫੁਲੀ ਜਲਦੀ ਚੰਗਾ ਰਿਜ਼ਲਟ ਆਊਗਾ। ਉਹ ਬੰਦੇ ਅਮਰੀਕਾ ਜਾਣੇ ਸੀਗੇ, ਰਸਤੇ 'ਚ ਏਜੰਟ ਨੇ ਵਾਪਸ ਕਰਤੇ, ਉਹ ਜ਼ਬਰਦਸਤੀ ਉਹਨਾਂ ਨੂੰ ਭਰਤੀ ਕਰ ਲਿਆ ਅਤੇ ਹੁਣ ਉਹਨਾਂ ਨੂੰ ਲੜਾਈ ਵਾਲੇ ਦੇਸ਼ਾਂ 'ਚ ਤੋਰ ਰਹੇ। ਇਹਦੇ ਲਈ ਅਸੀਂ ਸੰਪਰਕ ਕਿਹਾ ਜੀ, ਮਤਲਬ ਕੇਂਦਰ ਸਰਕਾਰ ਦੇ ਨਾਲ। ਬਹੁਤ ਅੱਛੇ।